ਸਾਡੀ ਵਿਚਾਰਾਂ ਦੀ ਡੰਗ ਚੱਲਦੀ ਹਰ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਹੋਈ ਪਈ ਹਰ ਗੱਲ ਦੇ ਉੱਤੇ। ਮੈਂ ਉਸ ਕਿੰਤੂ ਪ੍ਰੰਤੂ ਬਲਵਾਦ ਵਿੱਚ ਆ, ਮੈਂ ਪਹਿਲਾਂ ਵਿਚਾਰ ਕਰੀਏ ਕਿ ਬੁਲਾਰਾ ਵੀ 20 ਮਿੰਟ ਏਸੀ ਵਿਚਾਰ ਦੇ ਵਿੱਚ ਲੰਘ ਜਾਂਦਾ ਹੈ, ਪਰ ਸੱਚੀ ਪੁੱਛੋ ਮੈਂ ਤੇ ਉਹ ਵਿਚਾਰ ਕਰਨ ਵਾਲਾ ਕਿ ਬਾਬਾ ਦੀਪ ਸਿੰਘ ਨੇ ਤਲੀ ਦੇ ਉੱਤੇ ਸੀਸ ਰੱਖਿਆ। ਕਾਰਨ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਉਹ ਸੰਥਿਆ ਲੈ ਰਹੇ ਸੀ ਨਾ ਬਾਣੀ ਦੀ, ਤੇ ਉੱਥੇ ਫਿਰ ਤੁੱਕ ਆਉਂਦੀ ਆ, ਚੌ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਦਰ ਤਲੀ ਗਲੀ ਮਰੀ ਆਓ। ਤੇ ਦੀਪ ਸਿੰਘ ਆਖਣ ਲੱਗਾ ਸੱਚੇ ਪਾਤਸ਼ਾਹ ਇਹ ਗੱਲਾਂ ਜਿਹੜੀਆਂ ਪੜ੍ਹ ਰਹੇ ਆ ਜਿਹਦੇ ਅਰਥ ਕਰ ਰਹੇ ਹੋ ਕਿ ਇਹ ਕਹਿਣ ਮਾਤਰ ਨੇ ਕਿ ਇਹ ਪ੍ਰੈਕਟੀਕਲ ਵੀ ਨੇ ਜ਼ਿੰਦਗੀ ਵਿੱਚ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਵਰ ਦਿੱਤਾ ਕਹਿੰਦੇ ਸਿੰਘਾ ਇਸ ਗੱਲ ਨੂੰ ਪ੍ਰੈਕਟੀਕਲ ਕਰਕੇ ਵੀ ਤੂੰ ਹੀ ਦਿਖਾ ਲਏਗਾ, ਇਸ ਗੱਲ ਨੂੰ ਪ੍ਰੈਕਟੀਕਲ ਕਰਕੇ ਤੂੰ ਦਿਖਾ ਲਏਗਾ। ਹੁਣ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਨਾਲ ਬਾਬਾ ਲਫ਼ਜ਼ ਕਦੋਂ ਲੱਗਦਾ? ਜਦੋਂ ਦਮਦਮਾ ਸਾਹਿਬ ਸਾਹਿਬੋ ਕੀ ਤਲਵੰਡੀ ਉਹਨਾਂ ਨੇ 5 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੀੜਾਂ ਆਪਣੀ ਹੱਥੀ ਲਿਖੀਆਂ ਕਲਮ ਚਲਾ ਕੇ। ਤਾਂ ਜਿਹੜੇ ਲੋਕ ਕਹਿੰਦੇ ਨਾ ਬਈ ਸਾਹ ਰਗ ਨਹੀਂ ਸੀ ਕੱਟ ਹੋਈ ਇੱਕ ਹੱਥ ਨਾਲ ਸਹਾਰਾ ਦਿੱਤਾ, ਉਹਨਾਂ ਬਾਬਤ ਇਹ ਗੱਲ ਵਿਚਾਰਨ ਯੋਗ ਹੈ। ਕਿਵੇਂ ਮਾਫ ਕਰਿਓ ਕਿ ਬਾਬਾ ਦੀਪ ਸਿੰਘ ਜੀ ਕੋਈ ਆਮ ਜਿਹਾ ਇਨਸਾਨ ਸਨ? ਸ਼ਹਿਰੀ ਸੰਗਤ ਬੈਠੀ ਹੋ, ਕੋਈ ਹਿੰਦੂ ਧਰਮ ਦੇ ਭੈਣ ਭਾਈ ਬੈਠਾ ਹੋਵੇਗਾ, ਉਹ ਗਣੇਸ਼ ਦੀ ਪੂਜਾ ਕਰਦੇ ਆ, ਕਿਤੇ ਵੀ ਉਹਨਾਂ ਨੇ ਕੋਈ ਭੰਡਾਰਾ ਜਗਰਾਤਾ ਕਰਨਾ ਨਾ ਤਾਂ ਉਹ ਪਹਿਲਾਂ ਗਣੇਸ਼ ਦੀ ਆਰਾਧਨਾ ਕਰਦੇ ਆ, ਉਹਨਾਂ ਦਾ ਧਰਮ ਉਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ। ਤਾਂ ਮਾਫ ਕਰਿਓ ਇੱਕ ਇਨਸਾਨ ਦੇ ਧੜ ਦੇ ਨਾਲ ਇੱਕ ਜਾਨਵਰ ਦਾ ਸਿਰ ਲੱਗਾ ਹੋਇਆ, ਔਰ ਲੱਗਾ ਕਿਵੇਂ? ਮੈਂ ਛੋਟੀ ਜਿਹੀ ਗੱਲ ਕਹਿਣ ਲੱਗਾ ਕਿ ਬਾਬਾ ਦੀਪ ਸਿੰਘ ਜੀ ਇਤਿਹਾਸ ਦੇ ਉੱਤੇ ਜਿਹੜੇ ਕਿੰਤੂ ਪ੍ਰੰਤੂ ਕਰਦੇ ਨੇ, ਪਾਰਵਤੀ ਇਸ਼ਨਾਨ ਕਰਨ ਲੱਗੀ ਉਹਨੇ ਆਪਣਾ ਪੁੱਤ ਗਣੇਸ਼ ਖੜਾ ਕਰ ਦਿੱਤਾ ਆਪਣੇ ਦਰਵਾਜ਼ੇ ਤੇ, ਉਨੀ ਦੇਰ ਤੱਕ ਕੋਈ ਅੰਦਰ ਨਹੀਂ ਆਉਣਾ ਚਾਹੀਦਾ ਜਿੰਨੀ ਦੇਰ ਤੱਕ ਮੈਂ ਇਸ਼ਨਾਨ ਨਹੀਂ ਕਰ ਲੈਂਦੀ। ਸ਼ਿਵ ਜੀ ਘਰੇ ਆ ਗਿਆ ਭੰਗ ਦੇ ਨਸ਼ੇ ਵਿੱਚ, ਉਹਦੇ ਪੁੱਤ ਨੇ ਬਥੇਰਾ ਰੋਕਿਆ, ਉਹ ਕਹਿੰਦਾ ਮੇਰਾ ਘਰ ਤੇ ਮੇਰੇ ਘਰ ਚ ਪਾਬੰਦੀ, ਉਹਨੇ ਤਰਸ਼ੂਲ ਮਾਰਿਆ ਤਾਂ ਹੁਣ ਲਾਤੀ। ਹੁਣ ਪਾਰਵਤੀ ਮਾਂ ਸੀ, ਮਮਤਾ ਜਾਗੀ, ਮੈਂ ਤਾਂ ਜਿਉਂਦੀ ਹਾਂ ਜੇ ਇਹ ਜਿਉਂਦਾ ਹੋਵੇਗਾ ਤਾਂ, ਮੇਰਾ ਪੁੱਤ ਆ ਮੇਰਾ ਬੱਚਾ। ਸ਼ਿਵ ਜੀ ਆਖਣ ਲੱਗਾ ਜਾ ਫਿਰ ਉਸ ਮਾਂ ਦਾ ਪਤਾ ਕਰਕੇ ਆ ਜਿਹੜੀ ਮਾਂ ਆਪਣੇ ਬੱਚੇ ਵੱਲ ਨੂੰ ਪਿੱਠ ਕਰਕੇ ਸੁੱਤੀ ਹੋਵੇ। ਮਾਈਆਂ ਨੂੰ ਪੁੱਛ ਕੇ ਵੇਖੋ ਕਿਸੇ ਮਾਂ ਦੀ ਨੂੰਹ ਬੱਚੇ ਵੱਲ ਨੂੰ ਪਿੱਠ ਕਰਕੇ ਸੁੱਤੀ ਹੋਊ ਨਾ ਤਾਂ ਦਾਦੀ ਮਾਂ ਪੈ ਜਾਂਦੀ ਹੈ ਨੂੰਹ, ਕਿ ਅੜੀਏ ਬੱਚੇ ਵੱਲ ਨੂੰ ਪਿੱਠ ਕਰਕੇ ਨਹੀਂ ਸੌਂਦਾ। ਹੁਣ ਪਾਰਵਤੀ ਲੱਭਣ ਗਈ ਹੈ ਤੇ ਉਹਨੂੰ ਜੰਗਲ ਵਿੱਚ ਇੱਕ ਹੱਥਣੀ ਆਪਣੇ ਬੱਚੇ ਵੱਲ ਨੂੰ ਪਿੱਠ ਕਰਕੇ ਸੁੱਤੀ ਮਿਲੀ। ਉਹਨੇ ਆਣ ਕੇ ਅਤਾ ਪਤਾ ਦਿੱਤਾ, ਸ਼ਿਵ ਜੀ ਗਿਆ ਬੱਚੇ ਦਾ ਹਾਥੀ ਦੇ ਬੱਚੇ ਦਾ ਸਿਰ ਕੱਟਿਆ ਗਿਆ। ਇੱਕ ਇਨਸਾਨ ਦੇ ਧੜ ਦੇ ਨਾਲ ਇੱਕ ਜੀਵ ਜੰਤੂ ਦਾ ਸਿਰ ਨਾਲ ਲਾ ਕੇ ਉਹਦੇ ਚ ਪ੍ਰਾਣ ਪਾ ਦਿੱਤੇ ਗਏ ਤੇ ਉਹ ਲੋਕ ਉਹਦੀ ਪੂਜਾ ਕਰਦੇ ਨੇ, ਚੰਗੀ ਗੱਲ ਹੈ ਉਹਨਾਂ ਦਾ ਧਰਮ। ਤੇ ਤੁਸੀਂ ਕਦੇ ਸਮੇਂ ਦੀ ਟਾਈਮਿੰਗ ਕੱਢ ਕੇ ਵੇਖੋ ਵੀ ਕਿੰਨਾ ਕੁ ਟਾਈਮ ਲੱਗਾ ਹੋਊ, ਕਿਹੜਾ ਸਕੂਟਰ ਮੋਟਰਸਾਈਕਲ ਤੇ ਗਏ ਸੀ ਪਤਾ ਕਰਨ ਵਾਸਤੇ, ਪੈਦਲ ਹੀ ਗਏ ਘਰੋਂ ਪਾਰਵਤੀ ਦੀ? ਕੋਈ ਘੰਟਾ ਦੋ ਘੰਟੇ ਲੱਗੇ ਹੋਣਗੇ ਜਾਣ ਨੂੰ, ਫਿਰ ਘੰਟਾ ਦੋ ਘੰਟੇ ਘਰ ਨੂੰ ਆਉਣ ਨੂੰ ਲੱਗੇ ਹੋਣਗੇ, ਫਿਰ ਦੁਬਾਰਾ ਨਾਲ ਲੈ ਕੇ ਗਏ ਹੋਣਗੇ, ਫਿਰ ਆਉਂਦਿਆਂ ਨੂੰ ਦੋ ਘੰਟੇ ਲੱਗੇ ਹੋਣਗੇ, ਘੱਟੋ ਘੱਟ 5-6 ਘੰਟੇ ਦਾ ਮਸਲਾ ਤਾਂ ਬਣਿਆ ਹੋਊ। ਤੇ ਜੇ 5-6 ਘੰਟਿਆਂ ਬਾਅਦ ਆ ਇੱਕ ਹਾਥੀ ਦੇ ਬੱਚੇ ਦਾ ਸਿਰ ਇਨਸਾਨ ਦੇ ਧੜ ਨਾਲ ਲੱਗ ਕੇ ਉਹਦੇ 'ਚ ਜਾਨ ਪੈ ਸਕਦੀ ਏ, ਤੇ ਕੀ 5-7 ਮਿੰਟ ਬਾਅਦ ਬਾਬਾ ਦੀਪ ਸਿੰਘ ਆਪਣੀ ਤਲੀ ਦੇ ਉੱਤੇ ਸੀਸ ਰੱਖ ਕੇ ਲੜ ਨਹੀਂ ਸਕਦਾ? ਅਸੀਂ ਕਿਉਂ ਆਪਣੇ ਇਤਿਹਾਸ ਨੂੰ ਕਮਜ਼ੋਰ ਕਰ ਰਹੇ ਹਾਂ? ਸਾਡਾ ਇਤਿਹਾਸ ਬੜਾ ਬਲਵਾਨ ਹੈ, ਜੇ ਤੁਸੀਂ ਇਸ ਇਤਿਹਾਸ ਤੋਂ ਮੁਨਕਰ ਹੋ ਗਏ ਨਾ ਤਾਂ ਫਿਰ ਅਰਦਾਸ ਦੇ ਵਿੱਚ ਜਿਹੜੇ ਸ਼ਹੀਦ ਸਿੰਘ ਸਿਮਰੇ ਜਾਂਦੇ ਨੇ ਨਾ, ਫਿਰ ਉਹਨਾਂ ਦੀ ਕੋਈ ਕਦਰ ਕੀਮਤ ਨਹੀਂ ਰਹੇਗੀ ਜਦੋਂ ਤੁਸੀਂ ਕਹਿੰਦੇ ਹੋ
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਤੁਰਵਾਈਆਂ, ਚਰਖੜੀਆਂ ਤੇ ਚੜੇ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਦਿੱਤੀਆਂ, ਤਿੰਨਾਂ ਮਾਈਆਂ ਬੀਬੀਆਂ ਪਚੰਗੀਆਂ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ, ਵਾਹਿਗੁਰੂ। ਫਿਰ ਇਹਨਾਂ ਚੀਜ਼ਾਂ ਦੀ ਕੋਈ ਕਦਰ ਨਹੀਂ ਰਹੇਗੀ ਜੇ ਤੁਸੀਂ ਇਹਨਾਂ ਗੱਲਾਂ ਤੋਂ ਮਨ ਕਰੋਗੇ।